ਉੱਧਰੋਂ ਇਹ ਐਂਟਰ ਕਰਦੇ ਨੇ, ਸਿੱਧੇ ਜੀ ਟੀ ਰੋਡ ਤੋਂ ਨਹੀਂ ਆਉਂਦੇ ਇਹ। ਜਦ ਸਾਨੂੰ ਉੱਥੋਂ ਭਿਣਕ ਲੱਗੀ, ਸਾਡੇ ਵਰਕਰ ਹਰ ਜਗ੍ਹਾ ਤਤਪਰ ਤਿਆਰ ਨੇ, ਉਹਨਾਂ ਨੇ ਦੱਸਿਆ ਵੀ ਇੱਧਰੋਂ ਟਰੱਕ ਬੜੇ ਭਾਰੀ ਮਾਤਰਾ 'ਚ ਆ ਰਹੇ ਨੇ। ਔਰ ਜਦੋਂ ਉੱਧਰੋਂ ਘਨੌਰ ਤੋਂ ਇੱਧਰ ਨੂੰ ਟਰਨ ਹੋਇਆ ਸ਼ੰਭੂ ਵਾਲੀ ਸਾਈਡ ਨੂੰ, ਇਹ ਸਾਰਿਆਂ ਦੇ ਵਿੱਚ ਝੋਨਾ ਹੈ, ਰੁਕ ਕੇ ਖੜ ਗਏ ਆ। ਜਦੋਂ ਟਰੱਕ ਆਉਣੇ ਸ਼ੁਰੂ ਹੋਏ ਤਾਂ ਅਸੀਂ ਉਹਨਾਂ ਸਾਰੇ ਟਰੱਕਾਂ ਨੂੰ ਇੱਥੇ ਕਵਰ ਕੀਤਾ, ਰੋਕਿਆ, ਔਰ ਉਹਦੇ ਨਾਲ ਫਿਰ ਆਪਣੇ ਆਪ ਹੀ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ। ਤਾਂ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਲੇਕਿਨ ਅਸੀਂ ਉਹਨਾਂ ਨੂੰ ਇੱਕ ਚਿੱਠੀ ਦਿਖਾਈ ਆ ਜਿਹੜੀ DFO ਦੀ, ਵੀ ਇਹ ਜਿਹੜਾ ਕਿਸੇ ਕਿਸਮ ਦਾ ਵੀ ਰਾਈਸ ਪੰਜਾਬ ਦੇ ਵਿੱਚ ਐਂਟਰ ਨਹੀਂ ਹੋ ਸਕਦਾ, ਉਹਦੇ ਤਹਿਤ ਅਸੀਂ ਰੋਕਿਆ ਇਹਨਾਂ ਨੂੰ, ਅਸੀਂ ਅੱਜ ਇਹਦੇ ਪਰਚੇ ਕਰਾਵਾਂਗੇ। ਸਹਾਰਨਪੁਰ ਤੋਂ, ਮੇਰਠ ਤੋਂ, ਗਵਾਲੀਅਰ ਤੋਂ ਔਰ ਮੁਜ਼ੱਫਰਨਗਰ ਤੋਂ ਅਤੇ ਕਈ ਸਟੇਸ਼ਨਾਂ ਤੋਂ ਇਹ ਜਿਹੜਾ ਝੋਨਾ ਆਇਆ, ਔਰ ਇੱਥੇ ਜਿਹੜੇ ਵਪਾਰੀ ਨੇ ਉਹ ਮੰਗਾਉਂਦੇ ਨੇ, ਉੱਥੇ ਵਾਲੇ ਵਪਾਰੀ ਨਾਲ ਸਾਰੇ ਅਟੈਚ ਨੇ। ਤਾਂ ਇਹਦੇ ਨਾਲ ਸਾਡਾ ਝੋਨਾ ਰੁੱਲ ਜੂ, ਸਾਡਾ ਅਜੇ ਖੇਤਾਂ 'ਚ ਖੜ੍ਹੇ ਹੈ, ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਗਿਆ ਤਾਂ ਸਾਡਾ ਝੋਨਾ ਕਿਹਨੇ ਪੁੱਛਣਾ, ਕਿਸਾਨ ਰੁੱਲ ਜਾਣਾ। ਇਹ ਇੱਧਰੋਂ ਵਾਇਆ ਅੰਬਾਲਾ ਹੋ ਕੇ ਜਿਹੜਾ ਇੱਕ ਪੁਆਇੰਟ ਜਿਹੜਾ ਟੱਚ ਕਰਦਾ ਅੰਬਾਲੇ ਨੂੰ, ਇਹ ਪੰਜਾਬ ਨੂੰ, ਉੱਧਰੋਂ ਇਹ ਐਂਟਰ ਕਰਦੇ ਨੇ, ਸਿੱਧੇ ਜੀ ਟੀ ਰੋਡ ਤੋਂ ਨਹੀਂ ਆਉਂਦੇ ਇਹ। ਜਦ ਸਾਨੂੰ ਉੱਥੋਂ ਭਿਣਕ ਲੱਗੀ, ਸਾਡੇ ਵਰਕਰ ਹਰ ਜਗ੍ਹਾ ਤਤਪਰ ਤਿਆਰ ਨੇ, ਉਹਨਾਂ ਨੇ ਦੱਸਿਆ ਵੀ ਇੱਧਰੋਂ ਟਰੱਕ ਬੜੇ ਭਾਰੀ ਮਾਤਰਾ 'ਚ ਆ ਰਹੇ ਨੇ, ਔਰ ਜਦੋਂ ਉੱਧਰੋਂ ਘਨੌਰ ਤੋਂ ਇੱਧਰ ਨੂੰ ਟਰਨ ਹੋਇਆ ਸ਼ੰਭੂ ਵਾਲੀ ਸਾਈਡ ਨੂੰ, ਇਹ ਸਾਰਿਆਂ ਦੇ ਵਿੱਚ ਝੋਨਾ ਹੈ, ਜੀਰੀ ਹੈ ਇਹਦੇ 'ਚ। ਤਾਂ ਜਦੋਂ ਸਾਨੂੰ ਪਤਾ ਲੱਗਿਆ, ਅਸੀਂ ਆਪਾਂ ਸਾਡਾ ਧਰਨਾ ਰੇਲਵੇ ਟਰੈਕ 'ਤੇ ਇੱਥੇ ਲੱਗਿਆ ਹੈ ਫਲਾਈਓਵਰ ਦੇ ਥੱਲੇ, ਤਾਂ ਅਸੀਂ ਇੱਥੇ ਆ ਕੇ ਰੁਕ ਕੇ ਖੜ੍ਹ ਗਏ ਹਾਂ। ਜਦੋਂ ਟਰੱਕ ਆਉਣੇ ਸ਼ੁਰੂ ਹੋਏ ਤਾਂ ਅਸੀਂ ਉਹਨਾਂ ਸਾਰੇ ਟਰੱਕਾਂ ਨੂੰ ਇੱਥੇ ਕਵਰ ਕੀਤਾ, ਰੋਕਿਆ, ਔਰ ਉਹਦੇ ਨਾਲ ਫਿਰ ਆਪਣੇ ਆਪ ਹੀ ਇੱਥੇ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ। ਤਾਂ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਇਹਨੂੰ ਤੁਸੀਂ ਰੋਕ ਨਹੀਂ ਸਕਦੇ, ਲੇਕਿਨ ਅਸੀਂ ਉਹਨਾਂ ਨੂੰ ਇੱਕ ਚਿੱਠੀ ਦਿਖਾਈ ਆ ਜਿਹੜੀ DFO ਦੀ, ਵੀ ਇਹ ਜਿਹੜਾ ਕਿਸੇ ਕਿਸਮ ਦਾ ਵੀ ਰਾਈਸ ਪੰਜਾਬ ਦੇ ਵਿੱਚ ਐਂਟਰ ਨਹੀਂ ਹੋ ਸਕਦਾ, ਉਹਦੇ ਤਹਿਤ ਅਸੀਂ ਰੋਕਿਆ ਇਹਨਾਂ ਨੂੰ, ਅਸੀਂ ਅੱਜ ਇਹਦੇ ਪਰਚੇ ਕਰਾਵਾਂਗੇ। ਔਰ ਸਾਡੀ ਆਪਣੇ ਪ੍ਰਧਾਨ ਜੀ ਰਾਜੇਵਾਲ ਸਾਹਿਬ ਨਾਲ ਸਵੇਰੇ ਗੱਲ ਹੋਈ ਆ, ਉਹਨਾਂ ਨੇ ਮੁੱਖ ਮੰਤਰੀ ਦੇ ਜਿਹੜੇ ਪ੍ਰਿੰਸੀਪਲ ਸਕੱਤਰ ਨੇ ਸੁਰੇਸ਼ ਕੁਮਾਰ ਜੀ, ਉਹਨਾਂ ਨਾਲ ਗੱਲ ਹੋਈ ਆ, ਉਹਨਾਂ ਨੇ ਭਰੋਸਾ ਦਿੱਤਾ ਵੀ ਕੋਈ ਵੀ ਝੋਨਾ ਦਾ ਕਿਸੇ ਕਿਸਮ ਦੀ ਵਰਾਇਟੀ ਹੈ ਉਹ ਪੰਜਾਬ ਦੇ ਵਿੱਚ ਐਂਟਰ ਨਹੀਂ ਹੋਏਗੀ। ਕੀ ਕਾਰਨ ਹੈ ਫਸਲ ਪੰਜਾਬ ਦੇ ਵਿੱਚ ਵਿਕਣ ਦਾ? ਉਹ ਦੇਖੋ, ਉੱਥੇ MSP ਨਹੀਂ ਹੈਗੀ, ਉੱਥੇ MSP ਨਹੀਂ, ਤਾਂ ਕਰਕੇ ਇਹ ਧੱਕੇ ਖਾਂਦੇ ਨੇ ਇੱਥੇ। ਇਹ ਸਹਾਰਨਪੁਰ ਤੋਂ, ਮੇਰਠ ਤੋਂ, ਗਵਾਲੀਅਰ ਤੋਂ ਔਰ ਮੁਜ਼ੱਫਰਨਗਰ ਤੋਂ ਇਹ ਕਈ ਸਟੇਸ਼ਨਾਂ ਤੋਂ ਇਹ ਜਿਹੜਾ ਝੋਨਾ ਆਇਆ, ਔਰ ਇੱਥੇ ਜਿਹੜੇ ਵਪਾਰੀ ਨੇ ਉਹ ਮੰਗਾਉਂਦੇ ਨੇ, ਉੱਥੇ ਵਾਲੇ ਵਪਾਰੀ ਨਾਲ ਸਾਰੇ ਅਟੈਚ ਨੇ। ਤਾਂ ਇਹਦੇ ਨਾਲ ਸਾਡਾ ਝੋਨਾ ਰੁੱਲ ਜੂ, ਸਾਡਾ ਅਜੇ ਖੇਤਾਂ 'ਚ ਖੜ੍ਹੇ ਹੈ, ਜਦੋਂ ਉਹਨਾਂ ਦਾ ਕੋਟਾ ਪੂਰਾ ਹੋ ਗਿਆ ਤਾਂ ਸਾਡਾ ਝੋਨਾ ਕਿਹਨੇ ਪੁੱਛਣਾ, ਕਿਸਾਨ ਰੁੱਲ ਜਾਣਾ। ਔਰ ਕਈ ਵਾਰੀ ਸਰਕਾਰ ਸਾਨੂੰ ਕਹਿੰਦੀ ਹੈ ਵੀ ਤੁਸੀਂ ਡਾਈਵਰਸੀਫਿਕੇਸ਼ਨ ਕਰੋ, ਪਾਣੀ ਬਚਾਉਣਾ, ਅਸੀਂ ਝੋਨਾ ਛੱਡ ਕੇ ਬਾਸਮਤੀ ਲਾਉਣ ਲੱਗੇ ਹਾਂ, ਬਾਸਮਤੀ ਲਾਈ ਹੋਈ ਹੈ, ਅਜੇ ਸਾਡੀ ਵਾਢੀ ਸ਼ੁਰੂ ਹੋਈ ਹੈ, ਉਹ ਸਾਡਾ ਝੋਨਾ ਅਜੇ ਬਾਸਮਤੀ ਮੰਡੀਆਂ 'ਚ ਆਉਣਾ, ਜਦੋਂ ਇਹਨਾਂ ਦਾ ਕੋਟਾ ਪੂਰਾ ਹੋ ਗਿਆ ਤਾਂ ਸਾਡੀ ਬਾਸਮਤੀ ਰੁੱਲ ਜਾਣੀ ਹੈ। ਅਸੀਂ ਇਹ ਪੁਰਜ਼ੋਰ ਮੰਗ ਕਰ ਰਹੇ ਹਾਂ ਔਰ ਕਰਾ ਕੇ ਰਹਾਂਗੇ, ਇਹਨਾਂ 'ਤੇ ਪਰਚੇ ਦਰਜ ਕਰਾਵਾਂਗੇ, ਇਹ ਸਾਨੂੰ ਭਰੋਸਾ ਹੈ। ਜਿਵੇਂ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਉਹਨਾਂ ਨੂੰ ਫਸਲ ਵੇਚਣ ਵਾਸਤੇ ਪੰਜਾਬ 'ਚ ਆਉਣਾ ਪੈ ਰਿਹਾ, ਅਤੇ ਪੰਜਾਬ ਦੇ ਕਿਸਾਨਾਂ ਦਾ ਕੀ ਹਾਲ ਹੋ? ਦੇਖੋ, ਪੰਜਾਬ ਕਿੱਥੇ ਜਾਏਗਾ, ਇਹ ਸਿਰਫ ਮੰਡੀ ਸਿਸਟਮ ਹੈ ਜਿਹੜਾ, ਇਹ ਚੀਜ਼ ਸਿਰਫ ਪੰਜਾਬ ਅਤੇ ਹਰਿਆਣੇ 'ਚ ਹੀ ਚੱਲਦਾ, MSP 'ਤੇ ਜਿਹੜੀ ਖਰੀਦ ਹੁੰਦੀ ਹੈ, ਔਰ ਬਾਕੀ ਸਟੇਟਾਂ ਨੇ ਜਦੋਂ ਇਹ 1967 ਦੇ ਵਿੱਚ ਲਾਗੂ ਹੋਇਆ, ਬਦਕਿਸਮਤੀ ਆ ਉਹਨਾਂ ਸਟੇਟਾਂ ਨੇ ਨਹੀਂ ਲਾਗੂ ਕੀਤਾ, ਤਾਂ ਸਾਡੀਆਂ ਸਟੇਟਾਂ ਨੇ ਆਪਣੇ ਮੰਡੀ ਢਾਂਚਾ ਖੜ੍ਹਾ ਕੀਤਾ, ਖਰੀਦ ਏਜੰਸੀਆਂ ਖੜ੍ਹੀ ਕੀਤੀਆਂ, ਮਾਰਕੀਟ ਕਮੇਟੀਆਂ ਬਣਾਈਆਂ, ਔਰ ਆੜ੍ਹਤੀਆਂ ਨੂੰ ਲਾਇਸੈਂਸ ਦੇ ਕੇ ਇਹਦਾ ਖਰੀਦ ਦਾ ਪ੍ਰਬੰਧ ਕਰਨ ਵਾਸਤੇ ਖੜ੍ਹਾ ਕੀਤਾ। ਅੱਜ ਉਹ ਅਸੀਂ ਉਹਨਾਂ ਨੂੰ ਰੜਕਦੇ ਹਾਂ, ਸੋ ਉਹ ਸਾਡੇ ਸਾਰੇ ਇਸ ਢਾਂਚੇ ਨੂੰ ਤਹਿਸ ਨਹਿਸ ਕਰਨ 'ਤੇ ਜਿਹੜੀ ਕੇਂਦਰ ਸਰਕਾਰ ਲੱਗੀ ਹੋਈ ਹੈ, ਔਰ ਜਿਹੜੇ ਕਾਲੇ ਕਾਨੂੰਨ ਲਿਆਉਂਦੇ ਨੇ, ਅਸੀਂ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਰੱਦ ਕਰਾ ਕੇ ਰਹਾਂਗੇ, ਅਤੇ ਮੋਦੀ ਸਰਕਾਰ ਨੂੰ ਮੂੰਹ ਦੀ ਖਾਣੀ ਪੈਣੀ ਹੈ, ਔਰ ਇਹਦੇ ਲਈ ਸਾਡੀ ਪੰਜਾਬ ਸਰਕਾਰ ਨੇ ਉਹਦੇ 'ਤੇ ਵੀ ਅਸੀਂ ਇੱਕ ਦਬਾਅ ਬਣਾਇਆ ਹੋਇਆ ਸੀ, ਉਹ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਸੀ, ਲੇਕਿਨ ਉਹ ਕੋਈ ਕਾਰਨ ਸੀ, ਉਹ ਵੀ ਆਪਣੀ ਕਾਨੂੰਨੀ ਪ੍ਰਕਿਰਿਆ ਜਿਹੜੀ ਸਲਾਹ ਮਸ਼ਵਰਾ ਲੈ ਰਹੇ ਸੀ ਮੁੱਖ ਮੰਤਰੀ ਸਾਹਿਬ, ਔਰ ਉਹਨਾਂ ਨੇ ਉਹ ਜਿਹੜਾ ਮਤਾ ਹੈ ਕੱਲ੍ਹ ਕੈਪਟਨ ਸਾਹਿਬ ਵੱਲੋਂ ਇਹ ਕਦਮ ਚੱਕਿਆ ਗਿਆ, ਕਿੰਨਾ ਇਹ ਬਹੁਤ ਸ਼ਲਾਘਾਯੋਗ ਹੈ। ਦੇਖੋ, ਕੱਲ੍ਹ ਜਿਹੜਾ ਵਾਅਦਾ ਕੀਤਾ ਸੀ ਮੁੱਖ ਮੰਤਰੀ ਸਾਹਿਬ ਨੇ ਉਹ ਆਪਣਾ ਪੂਰਾ ਕੀਤਾ ਹੈ, ਅਸੀਂ ਉਹਨਾਂ ਦੇ ਧੰਨਵਾਦੀ ਹਾਂ, ਔਰ ਉਹਨਾਂ ਨੇ ਜਿਹੜਾ ਮਤਾ ਪਾ ਕੇ ਸਰਵ ਪਾਰਟੀ ਮੀਟਿੰਗ ਦੇ ਵਿੱਚ ਇੱਕ BJP ਦੇ ਜਿਹੜੇ MLA ਸੀ ਉਹ ਵਿੱਚ ਨਹੀਂ ਆਏ ਸ਼ਾਮਿਲ ਹੋਏ, ਬਾਕੀ ਸਾਰੀਆਂ ਪਾਰਟੀਆਂ ਨਾਲ ਸੀਆਂ, ਔਰ ਉਹਨਾਂ ਦੇ ਨਾਲ ਉਹ ਮਤਾ ਪਾ ਕੇ ਗਵਰਨਰ ਨੂੰ ਭੇਜ ਦਿੱਤਾ। ਹੁਣ ਦੇਖਦੇ ਹਾਂ ਗਵਰਨਰ ਕੀ ਕਰਦਾ, ਔਰ ਜੇ ਗਵਰਨਰ ਸਾਹਿਬ ਟਾਲਾ ਮਾਲਾ ਮਾਰਨਗੇ ਅਸੀਂ ਉਹਨਾਂ 'ਤੇ ਵੀ ਦਬਾਅ ਬਣਾਵਾਂਗੇ ਇਹਦੇ ਲਾਗੂ ਕਰਾਉਣ ਦੇ ਲਈ। ਠੀਕ ਹੈ।
ਮੇਰਾ ਨਾਮ ਗੁਲਜ਼ਾਰ ਸਿੰਘ ਹੈ ਜੀ, ਮੈਂ ਖਜਾਨਚੀ ਹਾਂ ਪੰਜਾਬ ਦਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ। ਕੱਲ੍ਹ ਜਿਹੜੇ ਟਰੱਕ ਫੜੇ ਗਏ, ਕਿੱਥੋਂ ਫੜੇ ਗਏ ਅਤੇ ਕਿਵੇਂ ਫੜੇ ਗਏ? ਦੇਖੋ ਅਸੀਂ ਤਾਂ ਟਰੱਕ ਇੱਥੇ ਰੋਕੇ ਹਾਂ ਰਾਤ ਜੀ, ਇਹ ਰਾਤ 11 ਸੀਗੇ, ਹੁਣ 16 ਹੋ ਗਏ ਨੇ ਗਿਣਤੀ। ਫੜੇ ਗਏ ਇਹ ਇੱਥੇ ਮਤਲਬ ਜਾਂਦੇ ਸੀਗੇ, ਯੂਪੀ ਤੋਂ ਆਏ ਨੇ, ਸਾਰਾ ਮਾਲ ਯੂਪੀ ਤੋਂ ਆਇਆ, 2 ਨੰਬਰ ਦਾ ਮਾਲ ਹੈ। ਇਹਦੇ ਨਾਲ ਸਰਕਾਰ ਨੂੰ ਵੀ, ਪੰਜਾਬ ਸਰਕਾਰ ਨੂੰ ਵੀ ਚੂਨਾ ਲੱਗ ਰਿਹਾ ਅਤੇ ਸਾਡਾ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ। ਸਾਡਾ ਨੁਕਸਾਨ ਇਹ ਹੈ ਵੀ ਜੇ ਯੂਪੀ ਤੋਂ ਆ ਕੇ ਝੋਨਾ ਇੱਥੇ ਵਿਕਣਾ 1200-1300-1400 ਨੂੰ, ਸਾਡਾ 1888 ਨੂੰ ਕੌਣ ਲਊ ਇੱਥੇ? ਦੂਜਾ ਇਹ ਬਹਾਨਾ ਘੜਦੇ ਨੇ ਵੀ ਬਾਸਮਤੀ, ਅਸੀਂ ਬਾਸਮਤੀ ਚਿੱਠੀ ਲਿਖਾਤੀ ਇਹਨਾਂ ਨੂੰ, ਕੇਂਦਰ ਪੰਜਾਬ ਸਰਕਾਰ ਵੱਲੋਂ ਬਾਸਮਤੀ ਵੀ ਬੈਨ ਹੈ। ਅਤੇ ਜੇ ਬਾਸਮਤੀ ਵੀ ਲਿਜਾਉਂਦੇ ਨੇ ਇਹ ਬਾਜ਼ਾਰ 'ਚੋਂ ਖਰੀਦ ਕੇ ਲਿਜਾਣਾ, 2 ਨੰਬਰ ਦਾ ਝੋਨਾ ਸਾਰਾ ਪੰਜਾਬ ਸਰਕਾਰ ਨੂੰ, 6% ਦਾ ਇਹਦੇ ਉੱਪਰ ਪੰਜਾਬ ਸਰਕਾਰ ਦਾ ਟੈਕਸ ਹੈ, ਮੰਡੀ ਟੈਕਸ। 3% ਇਹਦੇ ਵਿੱਚ ਹੈਗਾ ਰੂਰਲ ਡਿਵੈਲਪਮੈਂਟ ਫੰਡ ਅਤੇ 3% ਹੈਗਾ ਮੰਡੀ ਦਾ ਟੈਕਸ, ਮੰਡੀ ਬੋਰਡ ਦਾ। ਉਹ ਸਾਰਾ ਇਹ ਖਾ ਗਏ ਅਤੇ ਨਾਲ 2.5% ਆੜ੍ਹਤ ਜਾਣੀ ਸੀਗੀ, 8.5% ਖਾ ਰਹੇ ਹਾਂ, ਸੈਲਰ ਵਾਲਾ ਸਿੱਧਾ ਲਿਜਾ ਰਿਹਾ, ਗੈਰ ਕਾਨੂੰਨੀ ਹੈ। ਇਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਨੇ, ਅਸੀਂ ਡਿਮਾਂਡ ਕਰ ਰਹੇ ਹਾਂ ਵੀ ਆਹ ਟਰੱਕਾਂ ਵਾਲੇ ਦੇ ਪਰਚੇ ਸਾਰਿਆਂ ਦਰਜ ਹੋਣ ਅਤੇ ਨਾਲ ਜਿਹੜੇ ਸੈਲਰ 'ਚ 2 ਨੰਬਰ ਦਾ ਮਾਲ ਜਾ ਰਿਹਾ ਉਹ ਸੈਲਰ ਵਾਲੇ 'ਤੇ ਪਰਚਾ ਦਰਜ ਹੋਵੇ। ਟਰੱਕ ਯੂਪੀ ਤੋਂ ਪੰਜਾਬ ਦੇ ਵਿੱਚ ਪਹੁੰਚਿਆ, ਵਿੱਚ ਹਰਿਆਣਾ ਵੀ ਜਾਂਦਾ, ਹਰਿਆਣੇ ਵਾਲਿਆਂ ਨੇ ਨਹੀਂ ਇਹਨਾਂ ਨੂੰ ਰੋਕਿਆ? ਨਹੀਂ, ਹਰਿਆਣੇ ਵਾਲਿਆਂ ਨੂੰ ਕੀ ਰੋਕਣ ਦੀ ਲੋੜ, ਤਾਂ ਮੋਦੀ ਦੇ ਚੇਲੇ ਨੇ, ਮੋਦੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਮੋਦੀ ਨੇ ਪੰਜਾਬ ਦੇ ਨਾਲ ਧਰੋਹ ਕਰ ਰਿਹਾ, ਪੰਜਾਬ ਨੂੰ ਇੱਦਾਂ ਸਮਝਦਾ ਜਿੱਦਾਂ ਮਦਰਈਮਾ ਦਾ ਪੁੱਤ ਹੁੰਦਾ ਹੈ, ਅਤੇ ਇਸ ਕਰਕੇ ਇਹਦਾ ਬੇੜਾ ਗਰਕ ਕਰਨ ਵਾਸਤੇ ਮੋਦੀ ਤੋਂ ਲਿਆ। ਭਾਵੇਂ ਪੰਜਾਬ ਦੇ ਨਾਲ ਅੱਜ ਤੱਕ ਕਿਸੇ ਨੇ ਇਨਸਾਫ਼ ਨਹੀਂ ਕੀਤਾ, ਭਾਵੇਂ ਇੱਥੇ ਕੋਈ ਵੀ ਸਰਕਾਰ ਕੇਂਦਰ 'ਚ ਆਈ ਹੋਵੇ, ਹਰੇਕ ਨੇ ਪੰਜਾਬ ਦਾ ਨੁਕਸਾਨ ਹੀ ਕਰਿਆ। ਮੋਦੀ ਪਹਿਲਾਂ ਬੇਜਵਾ ਇੱਥੇ ਕਾਂਗਰਸ ਦੀ ਸਰਕਾਰ ਰਹੀ, ਉਹਨੇ ਪੰਜਾਬ ਦਾ ਪਾਣੀ ਖੋਲਿਆ। 1955 ਦੇ ਵਿੱਚ ਸਾਡਾ ਰਾਸ਼ਟਰ ਨੂੰ, ਰਾਜਸਥਾਨ ਨੂੰ ਪਾਣੀ ਦਿੱਤਾ 8.8%, ਜਿਹੜਾ 51% ਬਣਦਾ ਸਾਡੇ ਟੋਟਲ ਪਾਣੀ ਦਾ। ਉਹ ਤੋਂ ਬਾਅਦ ਫਿਰ ਦੇਖੋ ਰਾਏਬਰੇਲੀ ਐਕਟ ਹੈ, ਉਹਦੇ ਮੁਤਾਬਕ ਹੱਕ ਸਾਡਾ ਬਣਦਾ ਹੈ, ਕਿਉਂਕਿ ਬੇਸਨ ਸਾਡੇ ਪੰਜਾਬ 'ਚ ਹੈ, ਰਾਵੀ ਦਾ, ਬਿਆਸ ਦਾ, ਸਤਲੁਜ ਦਾ, ਸਾਡਾ ਜਮਨਾ ਦਾ ਵੀ ਸਾਡੇ ਬੇਸਨ ਹੈ। ਜਮਨਾ ਦਾ ਪਾਣੀ ਵੰਡਿਆ ਹੀ ਨਹੀਂ ਜਦੋਂ ਇੱਥੇ ਰਾਡੀ ਕਮਿਸ਼ਨ ਬਣਿਆ 1966 ਦੇ ਵਿੱਚ, ਪੰਜਾਬ ਹਰਿਆਣਾ ਦੀ ਵੰਡ ਹੋਈ ਹੈ। ਇਸ ਕਰਕੇ ਪੰਜਾਬ ਦੇ ਨਾਲ ਹਮੇਸ਼ਾ ਜਿਹੜਾ ਹੈਗਾ ਧੱਕਾ ਹੋਇਆ, ਔਰ ਇਹ ਬਹੁਤ ਵੱਡਾ ਧੱਕਾ ਹੈ। ਅੱਜ ਮੋਦੀ ਸਾਹਿਬ ਨੇ ਜਿਹੜੇ 3 ਕਾਨੂੰਨ ਪਾਸ ਕੀਤੇ ਹੈ, ਉਹਦੇ ਨਾਲ ਸਾਡੀ ਰੋਟੀ ਖੋਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਇਹ ਗੱਲ ਸਮਝਦਾ ਵੀ ਪੰਜਾਬ ਦਾ ਕਿਸਾਨ ਅਣਖੀ ਹੈ, ਪੰਜਾਬ ਦਾ ਕਿਸਾਨ ਸਿੱਖ ਹੈ, ਔਰ ਪੰਜਾਬ ਦਾ ਕਿਸਾਨ ਕਦੇ ਦੱਬਦਾ ਨਹੀਂ। ਜੇ ਪੰਜਾਬ ਦੇ ਕਿਸਾਨ ਨੂੰ ਮੋਦੀ ਸਰਕਾਰ ਹੈ ਜਿਹੜੀ, ਉਹ ਦਿਵਾਉਣ 'ਚ ਸਫਲ ਹੋਊਗੀ, ਤਾਂ ਉਹ ਸਮਝਦਾ ਕਿ ਮੈਂ ਹਿੰਦੁਸਤਾਨ ਸਾਰਾ ਮਿੱਟੀ ਹੋ ਜੂ। ਅਸੀਂ ਇਹ ਕੰਮ ਕਿਸੇ ਕੀਮਤ 'ਤੇ ਨਹੀਂ ਹੁੰਦੇ, ਕੁਰਬਾਨੀਆਂ ਦੇ ਦਿਆਂਗੇ, ਲੇਕਿਨ ਇਹ 3 ਕਾਨੂੰਨ ਲਾਗੂ ਨਹੀਂ ਹੁੰਦੇ, ਸਾਡੀ ਰੋਟੀ ਕਦਮ ਚੁੱਕਿਆ ਗਿਆ। ਬਹੁਤ ਸ਼ਲਾਘਾਯੋਗ ਹੈ, ਭਾਵੇਂ ਅਜੇ ਉਹਦੇ ਉੱਪਰ ਗਵਰਨਰ ਨੇ ਦਸਖਤ ਕਰਨੇ ਨੇ, ਪਰ ਜੇ ਗਵਰਨਰ ਨਹੀਂ ਵੀ ਕਰਦਾ ਅਸੀਂ ਉਹਦੇ ਪ੍ਰੈਸ਼ਰ ਪਾਵਾਂਗੇ। ਲੇਕਿਨ ਇੱਕ ਗੱਲ ਤਾਂ ਹੈ ਨਾ, ਕੈਪਟਨ ਸਾਹਿਬ ਨੇ ਇੱਕ ਦਰਿਆ ਦਿਲੀ ਤਾਂ ਦਿਖਾਈ, ਲੋਕਾਂ ਦੇ ਨਾਲ ਖੜਨ ਦੀ ਗੱਲ ਕੀਤੀ, ਪੰਜਾਬ ਨੂੰ ਬਚਾਉਣ ਦੀ ਗੱਲ ਕੀਤੀ। ਪਹਿਲਾਂ ਪਾਣੀਆਂ 'ਤੇ ਵੀ ਮਸਲਾ ਕੈਪਟਨ ਸਾਹਿਬ ਨੇ ਚੱਕਿਆ, ਅਤੇ ਅੱਜ ਜੋ ਉਹਨਾਂ ਨੇ ਕੀਤਾ, ਭਾਵੇਂ ਸਾਡੀ ਡਿਮਾਂਡ 'ਤੇ ਕੀਤਾ, ਸਾਡੀ ਮੰਗ ਸੀਗੀ, ਇਹ ਬਹੁਤ ਸ਼ਲਾਘਾਯੋਗ ਕਦਮ ਹੈ। ਅਤੇ ਘੱਟ ਤੋਂ ਘੱਟ ਇੱਕ ਲਾ ਇਹੋ ਜਿਹਾ ਬਣਾਤਾ ਵਿਧਾਨ ਸਭਾ 'ਚ, ਜੇ ਉਹ ਪਾਸ ਹੋ ਜਾਂਦਾ ਤਾਂ ਅਸੀਂ ਦੂਜੀ ਸਰਕਾਰ ਦੇ ਨਾਲ ਟੱਕਰ ਲੈਣ ਜੋਗੇ ਹੋਵਾਂਗੇ ਸੁਪਰੀਮ ਕੋਰਟ ਦੇ ਵਿੱਚ। ਸਰਕਾਰ ਨੇ ਇਹ ਵੀ ਕਿਹਾ ਕਿ ਵੀ 3 ਸਾਲਾਂ ਤੋਂ ਜਿਹੜਾ ਸਜ਼ਾ ਦਾ ਵੀ ਪ੍ਰਾਵਧਾਨ ਰੱਖਿਆ ਹੈ, ਜਿਹੜਾ MSP ਤੋਂ ਘੱਟ ਫਸਲ ਖਰੀਦੇਗਾ। ਦੇਖੋ ਇਹ ਅਸੀਂ ਇਹ ਬਹੁਤ ਵਧੀਆ ਕਦਮ ਹੈ, ਅਸੀਂ ਕੇਂਦਰ ਸਰਕਾਰ ਤੋਂ ਵੀ ਇਹੀ ਡਿਮਾਂਡ ਕੀਤੀ ਸੀਗੀ ਵੀ ਤੁਸੀਂ ਠੀਕ ਹੈ, ਤੁਸੀਂ ਕਹਿੰਦੇ ਹੋ ਅਸੀਂ MSP ਖਤਮ ਨਹੀਂ ਕਰ ਰਹੇ, ਲੇਕਿਨ ਤੁਸੀਂ ਪ੍ਰੋਕਿਓਰਮੈਂਟ ਤਾਂ ਕਰਦੇ ਨਹੀਂ, ਤੁਸੀਂ ਖਰੀਦਦਾ ਕਿਤੇ ਜਾ ਕਿਵੇਂ ਕੀਤਾ? ਤੁਸੀਂ ਖਰੀਦ ਕਰੋ, ਇਹਦੇ ਵਿੱਚ 2 ਲਾਈਨਾਂ ਪਾਓ ਆਰਡੀਨੈਂਸਾਂ 'ਚ ਵੀ ਜਿਹੜਾ ਵੀ ਬੰਦਾ MSP ਤੋਂ ਘੱਟ ਖਰੀਦੂਗਾ ਉਹਨੂੰ ਸਜ਼ਾ ਹੋਵੇ। ਉਹ ਤਾਂ ਕੇਂਦਰ ਸਰਕਾਰ ਪਾਉਂਦੀ ਨਹੀਂ। APMC ਐਕਟ ਹੈ ਜਿਹੜਾ ਆਪਣੇ ਬਿਹਾਰ ਦੇ ਵਿੱਚ ਪਹਿਲਾਂ ਖਤਮ ਕੀਤਾ ਇਹਨੇ 2006 ਦੇ ਵਿੱਚ। ਬਿਹਾਰ ਦਾ ਕੀ ਹਾਲ ਹੈ, 8 ਏਕੜ ਵਾਲਾ ਝੋਨਾ 3.5 ਏਕੜ ਦਾ ਲਾਉਣਾ ਆਉਂਦਾ ਹੈ, ਉਹਦੀ ਮਾੜੀ ਹਾਲਤ ਹੈ ਬਹੁਤ। ਮੈਂ ਕਹਿੰਦਾ ਮੋਦੀ ਸਾਹਿਬ ਇਹਨਾਂ ਨੂੰ ਆਪਣੇ ਗੁਜਰਾਤ 'ਚ ਲਾਗੂ ਕਰਕੇ ਦੇਖ ਲੈਣ, ਫਿਰ ਅਸੀਂ ਤਾਂ ਆਪੇ ਇਹਦੇ ਮੋਦੀ ਸਾਹਿਬ ਦੇ ਪੈਰਾਂ 'ਚ ਹੱਥ ਲਾ ਕੇ ਮੰਗਾਂਗੇ ਵੀ ਤੁਸੀਂ ਗੁਜਰਾਤ ਨੂੰ ਬਹੁਤ ਉੱਚਾ ਪਹੁੰਚਾਤਾ, ਆ ਸਾਡੇ ਵੀ ਲਾਗੂ ਕਰੋ। ਅਸੀਂ ਉਹਨੂੰ ਚਾਹੁੰਦੇ ਨਹੀਂ, ਸਾਨੂੰ ਧੱਕੇ ਨਾਲ ਕੋਈ ਚੀਜ਼ ਦਿੱਤੀ ਜਾ ਰਹੀ ਹੈ ਤਾਂ ਧੱਕੇ ਨਾਲ ਦਿੱਤੀ ਹੋਈ ਚੀਜ਼ ਚੰਗੀ ਨਹੀਂ ਹੁੰਦੀ, ਉਹ ਸਾਨੂੰ ਮੋਦੀ ਇੰਨਾ ਸਾਨੂੰ ਅਣਜਾਣ ਨਾ ਸਮਝੇ। ਇਹ ਬਹੁਤ ਵੱਡਾ ਮਸਲਾ ਹੈ ਅਜੇ ਸਾਡੇ, ਮੈਂ ਸਮਝਦਾ ਅੱਜ ਸਾਡੀ ਜਿਹੜੀ ਕਿਸਾਨੀ ਹੈ ਉਹ ਝੋਨਾ ਸਾਹਮਣ 'ਚ ਫਸੀ ਹੈ, ਦਾਣੇ ਪੱਕੇ ਹੋਏ ਨੇ ਖੇਤਾਂ 'ਚ ਗਿਰਦੇ ਨੇ ਅਤੇ ਉਹ ਬਿਜਾਈ ਕਰਨ 'ਚ ਫਸੀ ਹੈ। ਇੱਥੇ ਅੱਜ ਤੋਂ ਮਹੀਨੇ ਤੱਕ ਦੇਖਿਓ ਹੜ੍ਹ ਆਜੂ ਲੋਕਾਂ। ਹੁਣ ਕੀ ਲੱਗਦਾ ਤੁਹਾਨੂੰ ਵੀ ਕਿਸਾਨਾਂ ਦੀ ਸੁਣੀ ਗਈ ਹੈ? ਨਹੀਂ ਦੇਖੋ, ਕਿਸਾਨਾਂ ਦੀ ਅਜੇ ਤਾਂ ਕੋਈ ਨਹੀਂ ਸੁਣੀ ਗਈ, ਲੇਕਿਨ ਇੱਥੇ ਅਕਾਲੀ ਦਲ ਹੁਣ ਵੀ ਸਿਆਸਤ ਕਰਦਾ। ਅਕਾਲੀ ਦਲ ਨੇ ਇੱਕ ਦਿਨ ਪਹਿਲਾਂ ਕੈਡਾ ਬੜਾ ਰੌਲਾ ਪਾਇਆ ਇੱਥੇ, ਬਾਦਲ ਸਾਹਿਬ ਵੱਡੇ ਬਾਦਲ ਤਾਂ ਵਿਧਾਨ ਸਭਾ 'ਚ ਨਹੀਂ ਆਏ, ਅਤੇ ਕਿਹਾ ਰੌਲਾ ਜਨਤਕ ਕਰੋ, ਕੀ ਕਰ ਰਹੇ ਹੋ? ਜਦੋਂ ਸਾਡੇ ਪੰਜਾਬ ਦਾ ਮਸਲਾ ਹੈ ਤਾਂ ਸਾਡੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਕਿਉਂ ਜਨਤਕ ਚਾਹੁੰਦੀਆਂ ਨੇ ਉਹਨੂੰ? ਕਿਉਂਕਿ ਇਹ ਤਾਂ ਬਹਿਣ ਲੱਗ ਜੇ, ਪਹਿਲਾਂ ਹੀ ਪਤਾ ਲੱਗ ਜੇ ਮੋਦੀ ਸਰਕਾਰ ਨੂੰ ਵੀ ਕੀ ਕਰਨ ਲੱਗੇ ਨੇ। ਆਪਾਂ ਕੋਈ ਕੰਮ ਜਦੋਂ ਗੁਪਤ ਰੱਖਦੇ ਹਾਂ ਤਾਂ ਹੀ ਰੱਖਦੇ ਹਾਂ ਵੀ ਵਿਰੋਧੀ ਹੈ ਜਿਹੜਾ, ਇਹਦੇ ਅੜਿੱਕਾ ਨਾ ਕੋਈ ਪਾਵੇ। ਅਤੇ ਆਹ ਜਿਹੜਾ ਇਹਨੇ ਰੌਲਾ ਪਾਇਆ ਜਨਤਕ ਕਰੋ, ਠੀਕ ਹੈ, ਧੰਨਵਾਦ ਕਰਦੇ ਹਾਂ, ਉਹ ਨਾਲ ਹੋਏ ਨੇ ਨਾਲ। ਮੈਂ ਸਮਝਦਾ ਵੀ ਅਕਾਲੀਆਂ ਦੀ ਮਜਬੂਰੀ ਸੀਗੀ, ਜਿੱਦਾਂ ਪਾਣੀਆਂ ਦੇ ਮੁੱਦੇ 'ਤੇ ਸੀ, ਇਸ ਤਰ੍ਹਾਂ ਮਜਬੂਰੀ ਸੀਗੀ, ਇਹ ਮਜਬੂਰੀ ਦੇ ਬਸ ਅਕਾਲੀ ਜਿਹੜੇ ਨੇ ਉਹ ਅੱਜ ਕੈਪਟਨ ਨਾਲ ਆਏ।
मैं SHO साहब नाल भी गल की है, मैं सवेरे इतों साडे प्रधान सर साहब ने बलबीर सिंह राजेवाल उन्होंने भी गल की उन्होंने हाँ जी इतने तो असी रात 16 फड़िया ने जिहड़ियां इतने तो असी मांग कर रहे हैं उतो पंजाब उन्होंने CM ऑफिस भी गल की है तो उपर उन्होंने कहा भी परचे दर्ज होणगे जे परचे दर्ज नहीं होणगे तो असी परचे दर्ज करा के हटा चाहे सू जिथे तक मर्जी जाना जे ट्रक ने झोने के भरे हुए 11 to 12-13 की रेंज के है उस तो पहला भी असं जे 50-55 ट्रक असी राउंड अप कर चुके हैं तो उन्होंने खिलाफ असी FIR वगैरह दर्ज की ने बंदे असी अरैसट किए हैं फरदर इन्वैसटीगेशन के उन्होंने फर्मा जितों लैके आ रहे हैं कि फर्म इनू भेज रही है उधरों उन्होंने खिलाफ एक्शन कर जा रहे हैं और इतने जी लोकल फर्मा ने जिड़िया इनू मंगवा रही ने उन्होंने खिलाफ भी एक्शन कराएंगे। किन्नी मात्रा सर ट्रकों की जी साढ़े को 55 के करीब ट्रक पहला असी पिछले 2-3 दिन राउंडअप किए हैं ये जड़े ने रात किसान यूनियन के जोड़े अहदेदार से इन्होंने रोके ने इन्हों वेरीफाई करने के वास्ते असी मंडीकरण बोर्ड और फूड सप्लाई वगैरह के ऑफिसर साहबान आ रहे हैं उस तो बाद जो कहे उस मुताबक असी कार्रवाई कर देंगे। ये जी जोड़ा असी केस रजिस्टर किया गड्डी दे उत्ते गड्डी दा ड्राइवर प्लस जेड़े बंदे उत्थों भेज रहे ने जेड़ी फर्म UP दे विच माल क्योंकि ड्राइवर दा माल है नहीं ना ही गड्डी वाले दा माल है माल तो जिहड़ियां फर्मां ने उन्हां दा असी इन्हां दे राही ही उन्हां तक पहुँच सकते हैं कुछ एक फर्मां सानूं वेरीफाई हो चुकी ने बाकी असी कर रहे हैं।